ਹਾਤਾ ਹੀ ਹੈਗਾ। ਅੱਛਾ ਹਾਤਾ ਹੀ ਹੈਗਾ, ਉੱਥੇ ਹੋਰ ਕੋਈ ਰੋਟੀਆਂ ਨਹੀਂ ਪਕਾ ਕੇ ਦੇ ਰਹੇ ਹੈਗੇ ਉਹ। ਉੱਥੇ ਸਿਰਫ ਉਹਨਾਂ ਨੇ ਇੱਕ ਭਾਂਡਾ ਰੱਖਿਆ ਜਿਹਦੇ 'ਚ ਉਹਨਾਂ ਨੇ ਕੁੱਕੜ ਰੱਖੇ ਹੋਏ ਆ, ਅਤੇ ਇੱਕ ਉਹਨਾਂ ਨੇ ਉੱਥੇ ਅੰਡੇ ਰਿੰਨਣ ਦਾ ਤਵਾ ਲਾਇਆ ਹੋਇਆ, ਅਤੇ ਅੰਦਰ ਬਹਿ ਕੇ ਲੋਕ ਜਿਹੜੇ ਜਿੱਦਾਂ ਹੱਥ 'ਚ ਸ਼ਰਾਬ ਪੀਂਦੇ ਉੱਦਾਂ ਸ਼ਰਾਬ ਪੀ ਰਹੇ ਆ। ਇਹ ਹਾਤਾ ਹੀ ਹੈ ਨਾ ਜੀ? ਹੁਣ ਇਸ ਚੀਜ਼ ਤੋਂ ਤਾਂ ਕਿਸੇ ਨੂੰ ਇਤਰਾਜ਼ ਮਤਲਬ ਜਾਂ ਕਿਸੇ ਨੂੰ ਇਹ ਤਾਂ ਨਹੀਂ ਅਨਕਲੀਅਰ ਗੱਲਾਂ ਤਾਂ ਨਹੀਂ ਨਾ ਹੈਗੀਆਂ ਕਿ ਨਾਨਕ ਕੌਣ ਨੇ। ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਨੇ। ਉਹਨਾਂ ਦੇ ਨਾਮ ਨੂੰ ਵਰਤ ਕੇ ਤੁਸੀਂ ਸ਼ਰਾਬਾਂ ਪਿਲਾਓ ਲੋਕਾਂ ਨੂੰ, ਢਾਬੇ ਦੇ ਬਿਠਾ ਕੇ ਹਾਤੇ ਵਾਲੇ ਕੰਮ ਕਰੋ, ਤੁਸੀਂ ਉੱਥੇ ਮੁਰਗੇ ਅੰਡੇ ਰਿੰਨ ਰਿੰਨ ਲੋਕਾਂ ਨੂੰ ਖਵਾਓ, ਤੇ ਕੀ ਸਿੱਖ ਕੌਮ ਮਰ ਗਈ ਹੋਈ ਹੈ? ਇਹਦਾ ਤਾਂ ਹੋਵੇ ਨਾ। ਆਹ ਦੇਖੋ ਸੰਗਤ ਜੀ, ਹੈਲੋ, ਆਹ ਹੈਗਾ ਜੀ ਪੋਸਟਰ ਦੇ ਉੱਤੇ ਲਿਖਿਆ ਨਾਨਕ, ਤੇ ਉੱਪਰ ਲਿਖਿਆ ਜੀ ਸਰੂਪ ਢਾਬਾ, ਤੇ ਇੱਥੇ ਹੈਗਾ ਹਾਤਾ, ਉਹ ਦੇਖੋ ਜੀ ਨਾਲ ਹੈਗਾ ਸ਼ਰਾਬ ਦਾ ਠੇਕਾ। ਤੇ ਇਹਨਾਂ ਬੰਦਿਆਂ ਨੇ ਦੇਖੋ ਕੀ ਕੀਤਾ ਹੋਇਆ, ਸਰੇਆਮ ਇਹਨਾਂ ਨੇ ਸਾਡੇ ਧਰਮ ਦਾ ਬਣਾਇਆ ਮਜ਼ਾਕ। ਉੱਪਰ ਉਹਨਾਂ ਨੇ ਨਾਨਕ ਸਰੂਪ ਢਾਬਾ ਲਿਖਿਆ, ਅੰਦਰ ਤੁਹਾਨੂੰ ਖਾਇਆ ਜੀ ਕੁੱਕੜ ਅੰਡੇ ਤੇ ਹੋਰ ਸ਼ਰਾਬਾਂ ਚੱਲ ਰਹੀਆਂ, ਤੇ ਸਾਡੇ ਗੁਰੂ ਨਾਨਕ ਦੇਵ ਜੀ ਦਾ ਨਾਂ ਵਰਤ ਕੇ ਸਾਡੇ ਉੱਤੇ ਕੀਤਾ ਇਹਨਾਂ ਨੇ ਧਾਰਮਿਕ ਹਮਲਾ। ਦੇਖੋ ਇਹਦਾ ਇਹਦੇ ਵਿੱਚ ਮੰਸ਼ਾ ਵੇਖੋ, ਨਾਨਕ ਸਰੂਪ ਢਾਬਾ ਉਹਨੂੰ ਢਾਬੇ ਦਾ ਨਾਮ ਦਿੱਤਾ ਕਿ ਜਦਕਿ ਹੈ ਹਾਤਾ ਹੀ ਹੈ, ਜੋ ਉੱਥੇ ਪਰੋਸਿਆ ਜਾ ਰਿਹਾ ਵੇ, ਜੋ ਉੱਥੇ ਖਵਾਇਆ ਜਾ ਰਿਹਾ ਵੇ, ਮੱਛੀ ਮੀਟ ਆਂਡਾ ਸਭ ਕੁਝ, ਅੰਦਰ ਸ਼ਰਾਬ ਪਿਆਈ ਜਾ ਰਹੀ ਹੈ। ਅਸੀਂ ਇਹੀ ਚਾਹੁੰਦੇ ਹਾਂ ਪੁਲਿਸ ਪ੍ਰਸ਼ਾਸਨ ਉਹਨਾਂ 'ਤੇ ਕੜੀ ਤੋਂ ਕੜੀ ਕਾਰਵਾਈ ਕਰੇ। ਹੁਣ ਸਾਡੇ ਕੋਲੋਂ ਕੀ ਚਾਹੁੰਦੇ ਆ ਕਿ ਅਸੀਂ ਜਾ ਕੇ ਬੰਦਿਆਂ ਨੂੰ ਸਿੱਧੇ ਆਪਣੇ ਤਰੀਕੇ ਨਾਲ ਨਜਿੱਠਣ ਲੱਗ ਪਈਏ? ਬਸ ਉਸੇ ਕੰਮ ਦੇ ਲਈ ਤੁਰੰਤ ਉੱਥੇ ਪੁਲਿਸ 'ਤੇ ਪੁਲਿਸ ਪਹੁੰਚ ਗਈ, ਅਤੇ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਿਆਈ ਹੈ। ਹੁਣ ਅਸੀਂ ਥਾਣੇ ਆਏ ਹਾਂ ਅਤੇ ਉਹਨਾਂ ਦੇ ਬੰਦ ਦੀ ਪੁਲਿਸ ਦੀ ਕਾਨੂੰਨੀ ਕਾਰਵਾਈ ਕਰਵਾਉਣੀ। ਸਾਡੀਆਂ ਭਾਵਨਾਵਾਂ ਕਿੰਨੀਆਂ ਨੇ ਆਹਤ, ਅਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਚਾਹੁੰਦੇ ਹਾਂ, ਪੁਲਿਸ ਪ੍ਰਸ਼ਾਸਨ ਇੱਥੇ ਆਇਆ, ਇਹਨਾਂ 'ਤੇ ਬੰਦ ਦੀ ਕਾਨੂੰਨੀ ਕਾਰਵਾਈ ਕਰੇ, ਇਹ ਬੰਦੇ ਤੋਂ ਭੱਜਣੇ ਨਹੀਂ ਚਾਹੀਦੇ। ਆਹ ਜਿਹੜਾ ਨਾਲ ਖੁੱਲ੍ਹਿਆ ਠੇਕਾ, ਇੱਥੇ ਸਾਰੀ ਦਿਹਾੜੀ ਲੋਕ ਆ ਕੇ ਸ਼ਰਾਬਾਂ ਪੀਂਦੇ ਆ। ਆਹ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਤੋਂ ਬਣਿਆ ਚੌਂਕ, ਅਤੇ ਆਹ ਚੌਂਕ ਦੇ ਉੱਤੇ ਉੱਥੇ ਇੱਕ ਓਂਕਾਰ ਲਿਖਿਆ। ਅਸੀਂ ਕਈ ਵਾਰ ਕਹਿ ਚੁੱਕੇ ਹਾਂ ਕਿ ਇੱਕ ਓਂਕਾਰ ਖਤਮ ਹੋ ਗਿਆ, ਇਸ ਤਰੀਕੇ ਨਾਲ ਸ਼ਬਦ ਗੁਰੂ ਤੁਸੀਂ ਲੋਕੋ ਕਰਕੇ ਨਾ ਸਮਝੋ, ਇਹ ਲੋਕੋ ਨਹੀਂ ਹੈਗਾ, ਸਾਡੇ ਸ਼ਬਦ ਗੁਰੂ ਤੋਂ ਸ਼ੁਰੂ ਹੁੰਦਾ, ਅਤੇ ਉਹਦਾ ਵੀ ਧਿਆਨ ਰੱਖਿਆ ਜਾਵੇ, ਅਤੇ ਉਹ ਤਾਂ ਕੀ ਰੋਕਣਾ ਸੀਗਾ, ਆਹ ਨਵਾਂ ਕਰਤੂਤ ਹੋ ਗਈ ਹੈ। ਪਹਿਲੀ ਗੱਲ ਸਪਸ਼ਟੀਕਰਨ ਲੈਣਾ ਹੀ ਕਿਉਂ, ਜਦ ਸਾਨੂੰ ਕਲੀਅਰ ਆ ਕਿ ਸਾਡੇ ਗੁਰੂਆਂ ਦਾ ਨਾਂ ਵਰਤ ਕੇ ਤੁਸੀਂ ਉਹਦੇ ਉੱਤੇ ਉਲਟਾ ਜੋ ਗੁਰੂ ਮਹਾਰਾਜ ਨੇ ਜਿਹਨਾਂ ਚੀਜ਼ਾਂ ਨੂੰ ਰੋਕਿਆ ਉਹਦਾ ਉਲਟ ਕਰਕੇ ਦਿਖਾ ਰਹੇ ਹੋ, ਇਹਦਾ ਮਤਲਬ ਸਾਨੂੰ ਚੜਾ ਰਹੇ ਹੋ। ਇਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ ਅਸੀਂ ਜਿਹੜਾ ਹੈ ਉੱਥੇ ਮੌਕੇ 'ਤੇ ਪਹੁੰਚੇ ਹਾਂ। ਜਲੰਧਰ ਦੇ ਮੈਨਬਰੋ ਚੌਂਕ ਦੇ ਉੱਪਰ ਇੱਕ ਅਹਾਤਾ ਚਲਾਇਆ ਜਾ ਰਿਹਾ ਸੀ, ਅਤੇ ਅਹਾਤੇ ਦਾ ਜੇਕਰ ਤੁਸੀਂ ਨਾਮ ਸੁਣੋਗੇ ਤਾਂ ਸੁਣਦੇ ਸਾਰ ਹੀ ਤੁਹਾਡੀਆਂ ਧਾਰਮਿਕ ਭਾਵਨਾਵਾਂ ਆਹਤ ਹੋਣਗੀਆਂ। ਅਹਾਤੇ ਦਾ ਨਾਮ ਕੀ ਹੈ ਪਹਿਲਾਂ ਤੁਸੀਂ ਉਹ ਜ਼ਰੂਰ ਇਸ ਬੈਨਰ ਉੱਪਰ ਨਜ਼ਰ ਜ਼ਰੂਰ ਮਾਰੋ। ਸਿੰਘ ਸਾਹਿਬ ਸਾਡੇ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਕੇ ਪ੍ਰੋਪਰ ਤਰੀਕੇ ਦੇ ਨਾਲ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਕੁਝ ਅਹਾਤੇ ਦਾ ਨਾਮ ਰੱਖਿਆ ਗਿਆ ਅਤੇ ਕਿਵੇਂ ਇਹਨਾਂ ਵੱਲੋਂ ਜਿਹੜੀ ਉਹ ਕਾਰਵਾਈ ਕੀਤੀ ਗਈ। ਪਹਿਲਾਂ ਤਾਂ ਮੈਂ ਨਾਮ ਜ਼ਰੂਰ ਜਾਣਨਾ ਚਾਹੂੰਗਾ ਕਿ ਨਾਮ ਕੀ ਸੀਗਾ ਇਸ ਅਹਾਤੇ ਦਾ। ਜਦੋਂ ਨਾ ਇਹ ਸਾਨੂੰ ਪਤਾ ਲੱਗਾ ਪੋਸਟਰ ਕਿ ਇੱਧਰ ਲੱਗਾ ਹੋਇਆ ਜਿਹਦਾ ਨਾਮ ਢਾਬੇ ਦਾ ਜਾਂ ਹਾਤੇ ਦਾ ਨਾਂ ਜਿਹੜਾ ਰੱਖਿਆ ਹੋਇਆ ਨਾਨਕ ਸਰੂਪ ਢਾਬਾ, ਅਤੇ ਜਦੋਂ ਅਸੀਂ ਦੇਖਿਆ ਕਿ ਇਹ ਮੌਕੇ 'ਤੇ ਜਾ ਕੇ ਦੇਖੀਏ, ਕਿਉਂਕਿ ਜਿਸ ਤਰੀਕੇ ਦੀ ਸਾਨੂੰ ਗੱਲ ਪਤਾ ਲੱਗੀ ਹੈ, ਜਿਨ੍ਹਾਂ ਦੇ ਥਰੂ ਮੈਨੂੰ ਫੋਨ ਆਇਆ, ਅਵਤਾਰ ਸਿੰਘ ਰੇਰੂ ਜੀ ਵੱਲੋਂ ਮੈਨੂੰ ਫੋਨ ਆਇਆ ਸੀਗਾ, ਮੇਰੇ ਨਾਲ ਹੀ ਨੇ ਸੱਜਣੋ, ਕਿ ਇੱਕ ਗੁਰੂ ਤੇਗ ਬਹਾਦਰ ਨਗਰ ਦੇ ਚੌਂਕ ਦੇ ਵਿੱਚ, ਜਿਸ ਚੌਂਕ ਨੂੰ ਮੈਨਬਰੋ ਚੌਂਕ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਜਲੰਧਰ ਵਿੱਚ, ਉਸ ਚੌਂਕ ਦੇ ਵਿੱਚ ਇੱਕ ਸ਼ਰਾਬ ਦਾ ਠੇਕਾ ਹੈਗਾ, ਉਸ ਠੇਕੇ ਦੇ ਨਾਲ ਇੱਕ ਹਾਤਾ ਖੁੱਲ੍ਹਿਆ ਹੈ, ਅਤੇ ਹਾਤੇ ਦਾ ਨਾਮ ਰੱਖਿਆ ਨਾਨਕ ਸਰੂਪ ਢਾਬਾ। ਅਤੇ ਅਸੀਂ ਜਦੋਂ ਮੌਕੇ 'ਤੇ ਜਾ ਕੇ ਉੱਥੇ ਦੇਖਿਆ, ਅਤੇ ਉਹ ਤੁਹਾਨੂੰ ਮੈਂ ਵੀਡੀਓ ਸ਼ੇਅਰ ਕਰੂੰਗਾ, ਜੇ ਉਸ ਵੀਡੀਓ ਵਿੱਚ ਤੁਸੀਂ ਦੇਖੋਗੇ ਬਹੁਤ ਸਾਰੇ ਲੋਕ ਅੰਦਰ ਬਹਿ ਕੇ ਸ਼ਰਾਬ ਪੀ ਰਹੇ ਸੀਗੇ, ਉੱਥੇ ਮੁਰਗਾ ਬਣਾਇਆ ਅੰਡੇ ਬਣਾਏ ਜੋ ਹਾਥਿਆਂ ਦੇ ਵਿੱਚ ਹੁੰਦਾ ਉਹ ਸਾਰਾ ਕੁਝ ਉੱਥੇ ਬਣ ਰਿਹਾ ਸੀਗਾ, ਅਤੇ ਲੋਕ ਖਾ ਰਹੇ ਸੀਗੇ, ਸ਼ਰਾਬਾਂ ਪੀ ਰਹੇ ਸੀਗੇ। ਅਤੇ ਜਦੋਂ ਅਸੀਂ ਬੀਬੀ ਨੂੰ ਪੁੱਛਿਆ ਕਿ ਬੀਬੀ ਆਹ ਤੁਸੀਂ ਜਿਹੜੇ ਉਸ ਜਗ੍ਹਾ ਦੇ ਉੱਤੇ ਉਸ ਕੁਕਿੰਗ ਕਰ ਰਹੇ ਸੀਗੇ, ਜਿਹੜੇ ਉਸ ਜਗ੍ਹਾ ਦੇ ਸ਼ਾਇਦ ਹੋ ਸਕਦਾ ਮਾਲਕ ਵੀ ਹੋਣ, ਅਤੇ ਉਹਨਾਂ ਨੂੰ ਅਸੀਂ ਪੁੱਛਿਆ ਅਤੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ, ਅਤੇ ਅਸੀਂ ਇਹ ਪੋਸਟਰ ਜਿਹੜਾ ਹੈ ਉਸੇ ਪਾੜ ਕੇ ਲਿਆਏ ਹਾਂ। ਅਸਲ 'ਚ ਕੀ ਹੈ, ਇਸ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਐਕਟੀਵਿਟੀਆਂ ਹੋ ਰਹੀਆਂ ਨੇ ਜਿਹੜੀਆਂ ਜਾਣ ਬੁੱਝ ਕੇ ਕੀਤੀਆਂ ਜਾ ਰਹੀਆਂ ਨੇ। ਸਾਨੂੰ ਇੱਦਾਂ ਲੱਗਦਾ ਪਿਆ ਕਿ ਸ਼ਾਇਦ ਕੋਈ ਮਾੜੀ ਮਨਸ਼ਾ ਦੇ ਨਾਲ ਜਲੰਧਰ ਵਿੱਚ ਭੜਕਾਵਟ ਪੈਦਾ ਕਰਨਾ ਚਾਹੁੰਦਾ ਆ, ਲੋਕ ਜਾਣ ਬੁੱਝ ਕੇ ਸਾਨੂੰ ਛੇੜਦੇ ਆ।
हुण इस चीज़ तो किसी नूं इतराज़ मतलब या किसी नूं इह तां नहीं अनकलीयर गल्लां ते नहीं ना हैगियां कि नानक कौन ने। गुरु नानक देव जी सिखां दे पहले गुरु ने। उन्हां दे नाम नूं वरत के तुसीं शराबां पिलाओ लोकां नूं, ढाबे ते बिठा के हाथे वाले कम करो, तुसीं उत्थे मुर्गे अंडे रिन रिन लोकां नूं खवाओ, ते की सिख कौम मर गई हुई है। हुण साडे कोल की चाहुंदे आ कि असीं जाके बंदियां नूं सिद्धे अपने तरीके नाल नजिठण लग पईए। बस उसी काम दे लई तुरंत उत्थे पुलिस पहुँच गई, तो पुलिस उन्होंने गिरफ्तार करके लियाई है। हुण असीं थाने आए हैं तो उन्होंने बनती पुलिस की कानूनी कार्रवाई करवावांगे। अच्छा, ये नानक नाम लैके जिहड़ा हैगा है वो ढाबे की आड़ दे विच चलाया जा रहा है, दारू पिलाई जा रही है। हाथ ही हैगा। अच्छा, हाथ ही हैगा। उत्थे होर कोई रोटियां नहीं पका के दे रहे है। उत्थे सिर्फ उन्होंने एक भांडा रखे जिस उन्होंने कुकड़ रखे है, तो एक उन्होंने उत्थे अंडे रिणन का दवा लाया होया, तो अंदर बह के लोग जिहड़े जिदा हाथ च शराब पीते उदा शराब पी रहे हैं। उल्टा जो गुरु महाराज ने जिन्हां चीजां रोकिया उल्ट करके दिखा रहे हो, इहदा मतलब सानू चढ़ा रहे हो। इन्हां चीजां नूं रोकण दे लई असीं जिहड़ा है उत्थे मौके ते पहुंचे हां, ते हुण पुलिस कोल आए हां, ते आश्वासन पुलिस ने दवाया कि इतना तो पुलिस की जिहड़ी कानूनी कार्रवाई करांगे। अच्छा, जो काम पुलिस नूं करने चाहिए ने या फिर जो होर लोग ने जिन्हां नूं देखना चाहिए कि बई आ चीज़ां समाज दे विच हुंदियां ने ते इसनूं रोकना चाहिए जल्द तो जल्द, वो काम तुहानूं करने पै रहे ने, ये वड्डा कारण तुसीं क्यों? देखो, ये काम सिख जथेबंदियां वल्लों ही होने हैं, ते जदों लोगों नूं लगता है कि जिहड़ी जथेबंदियां दा यह काम है जिन्हां जथेबंदियां ने यह वागदौड़ अपने हत्थां च लई है, तो लाजमी हुंदा लोग उन्हां नूं ही पहले दसदे ने। जदों सानूं पता लगा असीं पहल दे आधार ते इत्थे आए हैं, तो जिदा आम लोगों को असं कही ना, आम लोग इस चीज़ों तो ना वाकफ नहीं है कि पुलिस कोलों किदा कोई चीज़ अगर पुलिस को दसनी है या कोई चीज़ करनी है वो बारे उन्होंने चंगी तरीके जानकारी ना होने करके सिख जथेबंदियां आम तौर पर सहारा लिया जाता है। तो ये तो कोई एड्डी गल नहीं हैगी, बट ये जरूर है कि हरेक सिख को अपनी रिसपोंसीबिलिटी समझनी जरूर चाहिए है, ताकि कोई भी इदा का काम करने तो पहले 100 बार सोचे, तो जे यहोजी कोई एक्टिविटी करे तो उन्होंने माफ़ ना किया जाए। तुहाडे हिसाब नाल की सज़ा की मिलनी चाहिए है जिस तरीके दे नाल नाम इस्तेमाल करके जो कुछ भी अंदर किया जा रहा? असं तो यही चाहते हैं कि उन्होंने जी धार्मिक भावनावां नूं आहत करन जी कानूनी कार्रवाई होनी चाहिए है। उस बाबत असं हुण पुलिस नूं कहांगे, कंप्लेंट साडी दर्ज करनगे ते ओह कार्रवाई करनगे। अच्छा, तुसीं किवें देखदे हो जिस तरीके दे नाल नाम लिख के पोस्टर के उपर रब का नाम लिख के मास मच्छी खिलाया जा रहा है, ये चीज़? ये तो बहुत ही गलत है। इहदे नाल दे कई घटनावां हैगियां, साडे कोल बहुत ज़्यादा शिकायतां हुण आ रही ने, असीं वन बाय वन सारिया ठल पाने की पूरी कोशिश करा। अं पुलिस प्रशासन भी यही बेनती करते हैं कि इन्हों उ बनती कार्रवाई की जाए। साड़ी मंग यही है, वेखो यदा ए मंशा वेखो नानक सरूप ढाबा, उन्होंने ढाबे का नाम दिता कि जबकि है हाथा ही है, जो उत्थे परोसया जा रहा वे, जो उत्थे खवाया जा रहा वे, मच्छी मीट आंडा सब कुछ अंदर शराब पियाई जा रही है। अभी यही चाहते हैं पुलिस प्रशासन उन्होंने कड़ी तो कड़ी कार्रवाई करे। ठीक है, होर भी ने लोग उन्होंने नाल भी जरूर गलबात करा, पर उस तो पहला ये जलंधर जा 6 नंबर थाना है जिथे सिख जथेबंदियां जड़ियां ने पहुंचिया हुई ने। इन्हों का कहना है कि बई जिस तरीके ढाबे दे विच जड़ा हैगा है वह शराब परोसा जा रहा सी, उस ढाबे का नाम नानक नाम जड़ा हैगा है वह रख्या गया, वह सरासर गलत है, जिस दे नाल धार्मिक भावनावां जड़ियां ने वह इन्हां दियां आहत हुई ने। हुण देखना यह होगा कि पुलिस इन्हां दे उपर की कार्रवाई करती है। कैमरा पंकज के नाल रजू गुप्ता, जलंधर।